ਟਿਕਟੌਕ ਬੰਦ ਹੋ ਗਿਆ ਇੱਕ ਵਧੀਆ ਚੀਜ਼ ਹੈ ਕਿ ਟਿਕਟੌਕ ਬੰਦ ਹੋ ਗਿਆ ਕਿਤਨਾ ਕਿਤੇ ਲਾਸ ਵੀ ਹੋਇਆ ਟਿਕਟੌਕ ਨੂੰ ਲੈ ਕੇ ਬਟ ਇਹ ਆ ਕਿ ਇੱਕ ਵਧੀਆ ਚੀਜ਼ ਹੈ ਕਿ ਲੋਕਾਂ ਨੂੰ ਆਪਣੇ ਆਪ ਨੂੰ ਪਰਖਣ ਦਾ ਇੱਕ ਟਾਈਮ ਮਿਲ ਚੁਕਾ ਹੈ ਕਿ ਨੇ ਆਪਾਂ ਉਹ ਕਿਦਾਂ ਮਤਲਬ ਆਪਣੇ ਟੈਲੈਂਟ ਨੂੰ ਆਪਾਂ ਕਿਦਾਂ ਅੱਗੇ ਲੈ ਕੇ ਆਵਾਂਗੇ ਕਿਉਂਕਿ ਟਿਕਟੌਕ ਦੇ ਦੰਦ ਤੁਸੀਂ ਕਿ ਮਜ਼ਾਕ ਵਾਲੀ ਵੀਡੀਓ ਵੀ ਬਣਾਉਂਦੇ ਸੀ ਉਹ ਹਿੱਟ ਜਾਂਦੀ ਤੇ ਉਹਨਾਂ ਬੰਦਾ ਹਿੱਟ ਹੋ ਜਾਂਦਾ ਸੀ ਉਹਦੇ ਫਾਲੋਅਰਸ ਵਧੀਆ ਹੋ ਜਾਂਦੇ ਸੀ ਸੋ ਉਹਦੇ ਵਾਸਤੇ ਇਹ ਚੀਜ਼ ਹੈ ਕਿ ਇੰਸਟਾਗ੍ਰam, ਸਨੈਪਚੈਟ ਐਂਡ ਯੂਟਿਊਬ ਤੇ ਆਪਾਂ ਮਿਹਨਤ ਕਰਾਂਗੇ ਆਪਣਾ ਜੋ ਮੇਨ ਟੈਲੈਂਟ ਆਪਾਂ ਉਹਨੂੰ ਬਾਹਰ ਲੈ ਕੇ ਆਵਾਂਗੇ ਤੇ ਉਹ ਚੀਜ਼ ਵਾਸਤੇ ਇਹ ਕਿਤੇ ਨਾ ਕਿਤੇ ਵਧੀਆ ਕਿ ਟਿਕਟੌਕ ਬੈਨ ਹੋ ਚੁੱਕਾ ਹੈ ਲਾਈਕ ਪਾਸਟ 'ਚ ਇਦ ਕਿ ਪਹਿਲਾਂ ਤਾਂ ਮੈਂ ਜਿਹੜੀ ਸ਼ੁਰੂ ਤੋਂ ਮੇਰੀ ਆਦਤ ਰਹੀ ਹੈ ਕਿ ਮੈਂ ਜਿਹੜੀ ਆਪਣੀ ਖੁਸ਼ੀਆਂ ਨੂੰ ਕਿਸੇ ਚ ਦੇਖਦੀ ਹੁੰਦੀ ਸੀਗੀ ਤੇ ਹੁਣ ਏਦਾਂ ਦਾ ਇੱਕ ਟਾਈਮ ਆ ਚੁੱਕਾ ਹੈ ਕਿ ਮੈਂ ਆਪਣੇ ਆਪ ਚ ਆਪਣੀਆਂ ਚੀਜ਼ਾਂ ਦੇਖਦੀ ਆ ਕਿ ਹਾਂ ਵੀ ਮੈਂ ਆਪਣੇ ਆਪ ਨੂੰ ਕਿੱਦਾਂ ਅੱਗੇ ਹੋਰ ਬਿਲਡ ਅਪ ਕਰ ਸਕਦੀ ਆ ਆਪਣੀਆਂ ਚੀਜ਼ਾਂ ਨੂੰ ਜਾਂ ਮੈਂ ਆਪਣੇ ਆਪ ਕਿੱਦਾਂ ਅੱਗੇ ਵਰਕ ਕਰ ਸਕਦੀ ਆ ਕਿ ਮੈਂ ਅੱਗੇ ਹਨਾ ਬੈਟਰ ਹੋ ਜਾਵਾਂ ਉਹ ਚੀਜ਼ਾਂ ਨੂੰ ਲੈ ਕੇ ਸੋ ਮੈਂ ਆਪਣੇ ਕੰਮ ਉਤੇ ਮੋਸਟਲੀ ਵਰਕ ਕਰਦੀ ਆ ਕਿ ਸਾਰੇ ਦਿਨ ਮੈਂ ਬਿਜ਼ੀ ਰਹਿੰਨੀ ਆ ਕਿ ਮੈਂ ਆਪਣਾ ਕੰਮ ਕਿੱਦਾਂ ਹਨਾ ਕਿ ਹੁਣ ਮੈਂ ਐਜ਼ ਅ ਮਾਡਲ ਸਾਰਿਆਂ ਨੂੰ ਪਤਾ ਮੇਰਾ ਹਨਾ ਹੁਣ ਵੈਬ ਸੀਰੀਜ਼ ਆਣ ਗਈਆਂ ਉਹਦਾ ਵੀ ਸੋ ਰਿਪਲੇਸਮੈਂਟ ਬਾਰੇ ਤਾਂ ਮੈਂ ਨਹੀਂ ਕਹਿ ਸਕਦੀ ਕੁਝ ਕਿਉਂਕਿ ਉਹ ਪ੍ਰੋਡਕਸ਼ਨ ਵੱਲੋਂ ਆ ਨਾ ਜਿੱਦਾਂ ਵੀ ਆ ਤਾਂ ਪ੍ਰੋਡਕਸ਼ਨ ਇੰਦੀ ਬਲੈਂਕ ਦੀ ਐ ਸੋ ਉਹਨਾਂ ਨੂੰ ਪਤਾ ਹੋਏਗਾ ਜਿੱਦਾਂ ਵੀ ਆ ਬਾਕੀ ਆਈ ਐਮ ਹੈਪੀ ਕਿ ਮੈਨੂੰ ਹਨਾ ਵਧੀਆ ਰੋਲ ਮਿਲਿਆ ਲੀਡ ਰੋਲ ਮਿਲਿਆ ਹੋਇਆ ਵੈਬ ਸੀਰੀਜ਼ ਚ ਤੇ ਸੋ ਮੈਂ ਇਹ ਕਹਿ ਦਿਸਨੀ ਚਾਹੂੰਗੀ ਜ਼ਰੂਰੀ ਨਹੀਂ ਆ ਕਿ ਤੁਸੀਂ ਗਾਣੇ ਆ ਸਾਹਮਣੇ ਆ ਕੇ ਜਾਂ ਤੁਸੀਂ ਮਤਲਬ ਆਪਣੇ ਐਕਸਪ੍ਰੈਸ਼ਨਸ ਹੀ ਦੇਣੇ ਆ ਜਾਂ ਇਹ ਚੀਜ਼ਾਂ ਆ ਹੋਰ ਵੀ ਬਹੁਤ ਕੈਟਾਗਰੀਜ਼ ਆ ਨਾ ਹੋਰ ਵੀ ਚੀਜ਼ਾਂ ਤੇ ਆਪਾਂ ਵਰਕ ਕਰ ਸਕਦੇ ਆ ਲਾਈਕ ਸਮ ਆਫ ਦ ਗਰਲਸ ਆ ਰਨ ਸਕੈਟਿੰਗ ਵਾਲੀਬॉल ਬਾਸਕਟਬਾਲ ਕਾਫੀ ਕੋ ਅੱਛਾ ਅੱਜਕਲ ਹੈ ਨਾ ਦੇਖਿਆ ਜਾਵੇ ਸਕੈਟਿੰਗ ਦੇ ਥਰੂ ਵੀ ਬਹੁਤ ਅੱਗੇ ਓਪਰਚ्युनिटीज ਮਿਲਦੀਆਂ ਬਹੁਤ ਕੁਝ ਹੁੰਦਾ ਆ ਸੋ ਉਹ ਚੀਜ਼ਾਂ ਕਰਕੇ ਕੁੜੀਆਂ ਵਾਸਤੇ ਇੱਕ ਮੋਟੀਵੇਸ਼ਨ ਹੈ ਕਿ ਇੱਕ ਚੀਜ਼ ਦੇ ਉੱਤੇ ਨਾ ਟਿਕੇ ਰਹੋ ਹੋਰ ਵੀ ਬਹੁਤ ਚੀਜ਼ਾਂ ਨੇ ਦੁਨੀਆ 'ਚ ਉਹ ਚੀਜ਼ਾਂ ਲੈ ਕੇ ਆਓ ਐਂਡ ਮੁੰਡਿਆਂ ਨੂੰ ਥੋੜਾ ਜਿਹਾ ਪ੍ਰੇਜ ਰੱਖੋ ਕਿਉਂਕਿ ਅੱਜਕੱਲ੍ਹ ਦੁਨੀਆ ਬਹੁਤ ਰੰਗਾਂ ਦੀ ਹੈ ਪਤਾ ਵੀ ਨਹੀਂ ਕਿ ਕਿੰਨੇ ਕ ਰੰਗ ਹੈ ਦੁਨੀਆ ਦੇ ਸੋ ਉਹ ਚੀਜ਼ ਵਾਸਤੇ ਮੈਂ ਕਹਿਣਾ ਚਾਹੁੰਗੀ ਕਿ ਆਪਣੇ ਨਾਲੇ ਪੈਰੈਂਟਸ ਤੋਂ ਕਦੀ ਵੀ ਅਲੱਗ ਨਾ ਹੋਇਓ ਜਾਂ ਪੈਰੈਂਟਸ ਦੇ ਅਗੇਂਸ ਜਾ ਕੇ ਕੁਝ ਨਾ ਕਰਿਓ ਬੋਲੋਗਾ ਕਹਿ ਦਿੰਦੇ ਕਿ ਹਾਂ ਵੀ ਤੁਸੀਂ ਆਪਾ ਤੁਹਾਡੇ ਆਪਣੇ ਆ ਜਾਂ ਇਦਾਂ ਆ ਉਦਾਂ ਆ ਉਹ ਚੀਜ਼ 'ਚ ਉਹ ਬੰਦੇ ਕਿਤੇ ਨਾ ਕਿਤੇ ਆਪਣੇ ਕੋਲੋਂ ਮਤਲਬ ਜਾਂ ਫਾਇਦੇ ਲੱਭਦੇ ਆ ਉਹ ਚੀਜ਼ ਇਹ ਹੈ ਕਿ ਹਮੇਸ਼ਾ ਨੂੰ ਕਿੱਦਾਂ ਹਾਈਪ ਮਿਲ ਜੂਗੀ ਆਪਾਂ ਕਿੱਦਾਂ ਅੱਗੇ ਆ ਸਕਦੇ ਆ ਇਹਨੂੰ ਕਿੱਦਾਂ ਨੀਵਾ ਪਾ ਸਕਦੇ ਆ ਉਹਨਾਂ ਦੇ ਦਿਮਾਗ 'ਚ ਉਹ ਚੀਜ਼ਾਂ ਚੱਲਦੀਆਂ ਹੁੰਦੀਆਂ ਕਿ ਐਦਾਂ 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 ਹਨਾ ਆਪਾਂ ਕਰਕੇ ਤਾਂ ਉਹਨੂੰ ਆਪਾਂ ਲੈਟ ਡਾਊਨ ਕਰਨਾ ਹੈ ਜਾਂ ਜਿੱਦਾਂ ਵੀ ਆ ਸੋ ਉਹ ਚੀਜ਼ਾਂ ਮੈਨੂੰ ਸਿੱਖਣ ਨੂੰ ਮਤਲਬ ਮਿਲੀਆਂ ਸੀਗੀਆਂ ਕਿ ਮੈਂ ਆਪਣੇ ਆਪ ਜਾਂ ਆਪਣੇ ਆਪਣੇ ਪੇਰੈਂਟਸ ਤੋਂ ਬਾਹਰ ਜਾ ਕੇ ਚੀਜ਼ਾਂ ਨਾ ਕਰ ਕਿਉਂਕਿ ਪੇਰੈਂਟਸ ਦਾ ਕਦੀ ਵੀ ਮਾੜਾ ਨਹੀਂ ਜਾਣਗੇ ਉਹਨਾਂ ਨੇ ਤੁਹਾਨੂੰ ਹਨਾ ਜਨਮ ਦਿੱਤਾ ਉਹਨਾਂ ਨੂੰ ਪਤਾ ਸਾਰੇ ਦੁੱਖ ਉਹਨਾਂ ਨੂੰ ਪਤਾ ਸੁੱਖ ਉਹ ਦੁੱਖ 'ਚ ਵੀ ਨਾਲ ਆ ਤੇ ਸੁੱਖ 'ਚ ਵੀ ਨਾਲ ਆ ਸੋ ਉਹਦੇ ਵਾਸਤੇ ਇਹ ਆ ਕਿ ਪੇਰੈਂਟਸ ਦਾ ਕਦੀ ਸਾਥ ਨਾ ਛੱਡਿਓ ਪੇਰੈਂਟਸ ਆਲਵੇਜ਼ ਸੇਜ਼ ਕਿ ਨੈਗੇਟਿਵਿਟੀ ਤੋਂ ਦੂਰ ਰਹੋ ਨੈਗੇਟਿਵਿਟੀ 'ਚ ਨਾ ਵੜੋ ਉਹ ਹਮੇਸ਼ਾ ਇਹ ਦੇਖਦੇ ਕਿਉਂਕਿ ਉਹ ਬੰਦੇ ਉਹਨਾਂ ਨੇ ਦੁਨੀਆ ਹੰਡਾਈ ਉਹਨ ਪਰ ਉਹ ਪਰਖ ਲਿੰਦੇ ਉਹ ਬੰਦੇ ਨੂੰ ਵੀ ਕਿੱਦਾਂ ਦਾ ਬੰਦਾ ਆ ਉਹ ਗੱਲ ਵੱਖਰੀ ਅਹੀਂ ਅੜੀ ਉੜੀ ਕਰਕੇ ਤੇ ਕਰ ਲੈਂਦੇ ਨੇ ਤੇ ਫੇਰ ਬਾਅਦ ਚ ਪੇਰੈਂਟਸ ਕਹਿੰਦੇ ਆ ਗਈ ਨਾ ਹੁਣ ਉੱਥੇ ਹੀ ਹਾਂਜੀ ਫਸਟ ਆਫ ਆਲ ਸੋਸ਼ਲ ਮੀਡੀਆ ਇੱਕ ਇਦਾਂ ਦਾ ਪਲੇਟਫਾਰਮ ਆ ਜਿੱਥੇ ਤੁਹਾਨੂੰ ਪੋਜ਼ਿਟਿਵ ਚੀਜ਼ਾਂ ਵੀ ਮਿਲਣਗੀਆਂ ਤੁਹਾਨੂੰ ਨੈਗੇਟਿਵ ਚੀਜ਼ਾਂ ਵੀ ਮਿਲਣਗੀਆਂ ਤੁਸੀਂ ਲੱਖ ਚੰਗੇ ਹੋ ਜੋ ਪੋਜ਼ਿਟਿਵ ਐਂਡ ਨੈਗੇਟਿਵ ਦੋਨੀਆਂ ਚੀਜ਼ਾਂ ਤੁਹਾਡੇ ਨਾਲ ਚੱਲਣਗੀਆਂ ਸੋ ਇਹਦੇ ਵਾਸਤੇ ਮੈਂ ਇੱਕ ਚੀਜ਼ ਕਹੂੰਗੀ ਕਿ ਆਪਣੇ ਪੋਜ਼ਿਟਿਵਿਟੀ ਵੱਲ ਧਿਆਨ ਦਿਓ ਕਿ ਜਿੱਥੇ ਤੁਹਾਨੂੰ ਪੋਜ਼ਿਟਿਵ ਲੱਗਦਾ ਨਾਲ ਤੁਸੀਂ ਉਹ ਚੀਜ਼ ਤੇ ਵਰਕ ਕਰੋ ਤੁਹਾਨੂੰ ਕੋਈ ਆਈਡੀਆ ਦੇ ਰਿਹਾ ਕਿ ਹਾਂ ਵੀ ਇਦਾਂ ਨਹੀਂ ਇਦਾਂ ਵਰਕ ਕਰਨਾ ਹੈ ਤਾਂ ਤੁਸੀਂ ਉਹ ਚੀਜ਼ ਤੇ ਵਰਕ ਕਰੋ ਨੈਗੇਟਿਵ ਨੂੰ ਕੀ ਹੈ ਨੈਗੇਟਿਵ ਨੇ ਤਾਂ ਬੋਲੀ ਜਾਣਾ ਹੈ ਉਹਨਾਂ ਦਾ ਕੁਝ ਨਹੀਂ ਆਪਾਂ ਕਹਿ ਸਕਦੇ ਨਾ ਉਹਨਾਂ ਨੂੰ ਉਹਨਾਂ ਨੇ ਸਾਨੂੰ ਉਸ ਹੱਬ ਨਾਲ ਜੱਜ ਕਰ ਲਿਆ ਹੁੰਦਾ ਆ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਪਬਲਿਕ ਤੇ ਪ੍ਰਾਈਵੇਟ ਲਾਈਫ ਕੀ ਆ ਜਾਂ ਕਿੱਦਾਂ ਆ ਸੋ ਉਹ ਚੀਜ਼ ਕਰਕੇ ਹੈਗਾ ਆ ਥੋੜਾ ਜਿਹਾ ਹਾਂਜੀ ਸੋ ਇਹ ਗੱਲ ਕਹਿਣਾ ਚਾਹੂੰਗੀ ਕਿ ਜਿਹੜੇ ਟੀਨੇਜਰਸ ਆ ਹਨਾ ਟੀਨੇਜਰਸ ਐਦਾਂ ਹੁੰਦਾ ਆ ਕਿ ਥੋੜਾ ਜਿਹਾ ਨਾ ਉਹਨਾਂ ਦਾ ਹੁੰਦਾ ਕਿ ਹਾਂ ਵੀ ਜਿੱਥੇ ਸਾਨੂੰ ਵਧੀਆ ਚੀਜ਼ਾਂ ਦਿਖਣ ਲੱਗੀਆਂ ਸਾਨੂੰ ਲੱਗਦਾ ਕਿ ਉਹ ਹੀ ਬੰਦਾ ਸਾਡਾ ਐ ਸੋ ਉਹ ਚੀਜ਼ ਵਾਸਤੇ ਮੈਂ ਤੁਹਾਨੂੰ ਇੱਕ ਚੀਜ਼ ਕਹੂੰਗੀ ਕਿ ਇਹ ਚੀਜ਼ਾਂ ਨੂੰ ਪਲੀਜ਼ ਇਗਨੋਰ ਕਰਿਓ ਬਿਕਾਜ਼ ਅੱਜਕੱਲ ਬਹੁਤ ਕੁਝ ਹੋ ਰਿਹਾ ਏ ਦੁਨੀਆ 'ਚ ਜਿਹੜਾ ਸਾਨੂੰ ਵੀ ਨਹੀਂ ਪਤਾ ਕਿ ਕਿੱਦਾਂ ਦੀ ਹਨਾ ਮਤਲਬ ਬੰਦੇ ਆ ਜੇ ਕਿੱਦਾਂ ਦੇ ਇਨਸਾਨ ਆ ਇਸ ਦੁਨੀਆ 'ਤੇ ਸੋ ਉਹ ਚੀਜ਼ ਲਾਈਕ ਮੈਂ ਕਹੂੰਗੀ ਕਿ ਪੈਰੈਂਟਸ ਤੋਂ ਦੂਰ ਨਾ ਹੋਇਓ ਐਂਡ ਹਮੇਸ਼ਾ ਨਾਲ ਰਹਿ ਕੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਤੁਸੀਂ ਹੈਨਾ ਪ੍ਰੋਪਰ ਦੇਖੋ ਕਿ ਹੈਨਾ ਕਿਦਾਂ ਉਹ ਚੀਜ਼ਾਂ ਨੂੰ ਕਹਿ ਰਹੇ ਆ ਉਹਨਾਂ ਨੂੰ ਸੁਣੋ ਤੇ ਸਹੀ ਗਲਤ ਦੇਖੋ ਉਹਨਾਂ ਨੂੰ ਤੇ ਫੇਰ ਜਾ ਕੇ ਕੋਈ ਡਿਸੀਜਨ ਲਓ ਉਹ ਤੋਂ ਬਗੈਰ ਡਿਸੀਜਨ ਨਾ ਲਓ ਠੀਕ ਹੈ ਥੈਂਕ ਯੂ ਥੈਂਕ ਯੂ